ਹੈਲੋ एवरीवन ਵੈਲਕਮ ਬੈਕ ਟੂ ਮਾਈ ਚੈਨਲ ਮਨਜੋਤ ਬਟੀਕ ਅੱਜ ਮੈਂ ਤੁਹਾਡੇ ਵਾਸਤੇ ਲੈ ਕੇ ਆਈਆਂ ਇੱਕ ਨਿਊ ਵੀਡੀਓ ਇਸ ਵੀਡੀਓ ਦੇ ਵਿੱਚ ਮੈਂ ਕੁਝ ਪੰਜਾਬੀ ਜੁਤੀਸ ਦੇ ਡਿਜ਼ਾਈਨ ਨੇ ਉਹ ਐਡ ਕੀਤੇ ਨੇ ਤੇ ਨਾਲ ਜਿਹੜੇ ਹੈਂਡ ਬੈਗਸ ਨੇ ਕਲਚ ਨੇ ਜਾਂ ਏਡੀ ਦੀ ਜੁਐਲਰੀ ਆ ਜਾਂ ਪਰਲ ਦੀ ਜੁਐਲਰੀ ਆ ਉਹਦੇ ਕੁਝ ਡਿਜ਼ਾਈਨਸ ਐਡ ਕੀਤੇ ਨੇ ਤਾਂਕਿ ਤੁਹਾਨੂੰ ਸਾਡੀ ਕਲੈਕਸ਼ਨ ਦਾ ਥੋੜਾ ਜਿਹਾ ਆਈਡੀਆ ਲੱਗ ਸਕੇ ਸੋ ਵੀਡੀਓ ਚ ਅੱਗੇ ਵਧਣ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਉਦਨਾ ਬੈਲ ਆਈਕਨ ਸ਼ੋ ਹੋ ਰਿਹਾ ਤੇ ਉਹਨੂੰ ਵੀ ਪ੍ਰੈਸ ਕਰ ਦਿਓ ਤਾਂ ਕਿ ਆਉਣ ਵਾਲੀ ਲੇਟੈਸਟ ਵੀਡੀਓ ਦੀ ਅਪਡੇਟ ਤੁਹਾਨੂੰ ਮਿਲ ਸਕੇ ਜੇ ਤੁਹਾਨੂੰ ਮੇਰੀ ਕਲੈਕਸ਼ਨ ਵਧੀਆ ਲੱਗਦੀ ਆ ਤਾਂ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਤੇ ਫੈਮਿਲੀ ਐਂਡ ਫਰੈਂਡਸ ਇਹਨਾਂ ਨੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਤੇ ਇਹਨਾਂ ਦੀ ਜਿਹੜੇ ਤੁਹਾਨੂੰ ਆਰਟੀਕਲਸ ਸਕਰੀਨ ਦੇ ਉੱਪਰ ਸ਼ੋ ਹੋ ਰਹੇ ਨੇ ਇਹ ਸਾਰੇ ਆਰਟੀਕਲਸ ਤੁਹਾਨੂੰ ਸੇਮ ਐਜ਼ ਰੀਸੀਵ ਹੋਣਗੇ ਚਾਹਤਾਂ ਕਿ ਤੁਹਾਨੂੰ ਸਕਰੀਨ ਦੇ ਉੱਪਰ ਸ਼ੋ ਹੋ ਰਹੇ ਨੇ ਇਹਨਾਂ ਦੀ ਜਿਹੜੀ ਰੇਂਜ ਆ ਉਹ ਸਾਰਿਆਂ ਦੀ ਅਲੱਗ-ਅਲੱਗ ਰੇਂਜ ਆ ਜੇ ਤੁਸੀਂ ਕਿਸੇ ਆਰਟੀਕਲ ਦੇ ਵਿੱਚ ਇੰਟਰਸਟਡ ਹੋ ਤੇ ਉਹਦਾ ਪ੍ਰਾਈਸ ਜਾਣਨਾ ਚਾਹੁੰਦੇ ਹੋ ਤਾਂ WhatsApp ਨੰਬਰ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਤੁਸੀਂ ਸਕਰੀਨਸ਼ਾਟ ਲੈ ਕੇ ਮੈਨੂੰ ਮੇਰੇ WhatsApp ਨੰਬਰ ਤੇ ਸੈਂਡ ਕਰ ਸਕਦੇ ਹੋ ਦਨ ਮੈਂ ਤੁਹਾਨੂੰ ਜਿਹੜੇ ਪ੍ਰਾਈਸ ਨੇ ਉਹ ਦੱਸ ਦਵਾਂਗੀ ਤੇ ਵੀਡੀਓ ਨੂੰ ਐਂ ਤੱਕ ਜ਼ਰੂਰ ਦੇਖਿਓ ਜਿਨ੍ਹਾਂ ਦੀ ਵੀ ਔਰਗੈਂਜ਼ਾ ਦੀ ਇੱਕ ਸੇਲ ਆਫਰ ਦੇ ਉੱਪਰ ਵੀਡੀਓ ਪਾਈ ਸੀ ਮੈਂ ਜਿਨ੍ਹਾਂ ਦੇ ਆਰਡਰਸ ਰਹਿ ਗਏ ਸੀ ਸੋ ਮੈਂ ਉਹਨਾਂ ਨੂੰ ਇਨਫੋਰਮ ਕਰਨਾ ਚਾਹੁੰਦੀ ਆ ਕਿ ਔਰਗੈਂਜ਼ਾ ਦੀ ਸੇਲ ਦੁਬਾਰਾ ਸਟਾਰਟ ਹੋ ਗਈ ਹੈ ਉਹਦੇ ਵਿੱਚ ਥੋੜੇ ਜਿਹੀ ਪੀਸਿਸ ਰਹਿੰਦੇ ਨੇ ਜੇ ਤੁਸੀਂ ਜਿਨ੍ਹਾਂ ਦੇ ਰਹਿ ਗਏ ਸੀ ਤੁਸੀਂ ਇੱਕ ਵਾਰ ਮੈਨੂੰ ਵਟਸਐਪ ਤੇ ਕਨਫਰਮ ਕਰ ਲਿਓ ਤਦ ਮੈਂ ਤੁਹਾਨੂੰ ਦੱਸ ਦਵਾਂਗੀ ਜੇ ਕੋਈ ਵੀ ਰਿਸੇਲਰ ਸਾਡੀ ਕਲੈਕਸ਼ਨ ਦੇ ਵਿੱਚ ਇੰਟਰਸਟਿਡ ਆ ਤਾਂ ਮੋਸਟ ਵੈਲਕਮ ਤੁਸੀਂ ਸਾਨੂੰ ਜੁਆਇਨ ਕਰ ਸਕਦੇ ਹੋ ਥੈਂਕ ਯੂ ਥੈਂਕ ਯੂ so much guys for watching